ਅਸੀਂ ਨੋਰਮਲੀ ਜਦੋਂ ਵੀ ਵੀਡੀਓਜ਼ ਲੈ ਕੇ ਆਉਂਦੇ ਹਾਂ ਅਸੀਂ ਹਮੇਸ਼ਾ ਰੈਸਟੋਰੇਸ਼ਨਸ 'ਤੇ ਗੱਲ ਕਰਦੇ ਹਾਂ ਅਤੇ ਤੁਹਾਨੂੰ ਹਮੇਸ਼ਾ ਕੰਪਲੀਟਲੀ ਰਿਸਟੋਰਡ ਪ੍ਰੋਜੈਕਟਸ ਦਿਖਾਉਂਦੇ ਹਾਂ, ਪਰ ਇਸ ਵਾਰੀ ਜਿਸ ਕੰਟੈਂਟ 'ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈਗਾ ਜੀ ਇੱਕ ਪਾਰਸ਼ਲ ਰੈਸਟੋਰੇਸ਼ਨ। ਇੱਕ ਪੁਰਾਣੇ ਬਹੁਤ ਜ਼ਿਆਦਾ ਵੈੱਲ ਮੇਨਟੇਨ ਟਰੈਕਟਰ ਨੂੰ ਅਗਰ ਥੋੜ੍ਹਾ ਜਿਹਾ ਅਸੀਂ ਅਪਗ੍ਰੇਡ ਕਰਨਾ ਚਾਹੁੰਦੇ ਹਾਂ, ਥੋੜ੍ਹੀ ਜਿਹੀ ਉਹਦੀ ਲੁੱਕਸ ਨੂੰ ਇਨਹੈਂਸ ਕਰਨਾ ਚਾਹੁੰਦੇ ਹਾਂ, ਤਾਂ ਅੱਜ ਅਸੀਂ ਉਸ ਚੀਜ਼ 'ਤੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਸਟਾਰਟ ਕਰਾਂਗੇ ਇਸ ਟਰੈਕਟਰ ਦੇ ਫਰੰਟ ਐਂਡ ਤੋਂ। ਥੋੜ੍ਹਾ ਬਰੀਫ ਕਰ ਦਿੰਦਾ ਜੀ ਇਸ ਟਰੈਕਟਰ ਬਾਰੇ। ਬੇਸਿਕਲੀ ਇਹ ਹੈਗਾ ਜੀ 1980 ਮਾਡਲ ਇੰਟਰਨੈਸ਼ਨਲ 444, ਅਤੇ ਜਿਹੜੇ ਓਨਰਸ ਨੇ ਜੀ ਮਨਪ੍ਰੀਤ ਸਿੰਘ ਬੋਪਾ ਰਾਏ, ਘੁਦਾਣੀ ਕਲਾਂ ਪਿੰਡ ਪੈਂਦਾ ਜੀ ਉਹਨਾਂ ਦਾ, ਤਹਿਸੀਲ ਪਾਇਲ ਅਤੇ ਜ਼ਿਲ੍ਹਾ ਲੁਧਿਆਣਾ। ਸੋ ਉਹ ਫਸਟ ਓਨਰ ਨੇ ਜੀ ਇਸ ਟਰੈਕਟਰ ਦੇ, ਅਤੇ ਉਸ ਉਹਨਾਂ ਨੇ ਕਾਫੀ ਜ਼ਿਆਦਾ ਚੰਗੀ ਕੰਡੀਸ਼ਨ 'ਚ ਟਰੈਕਟਰ ਰੱਖਿਆ ਹੋਇਆ ਸੀਗਾ। ਬਸ ਇਹਦਾ ਥੋੜ੍ਹਾ ਜਿਹਾ ਕਿਉਂਕਿ ਸਾਲ ਬਹੁਤ ਹੋ ਗਿਆ ਜੀ 1980 ਮਾਡਲ ਟਰੈਕਟਰ ਆ, ਸੋ ਇੰਨੇ ਸਾਲਾਂ 'ਚ ਇਹਦਾ ਥੋੜ੍ਹਾ ਬਹੁਤ ਵੇਅਰ ਐਂਡ ਟੇਅਰ ਰੂਟੀਨ ਚੱਲਣ ਕਰਕੇ ਰੰਗ ਥੋੜ੍ਹਾ ਜਿਹਾ ਘਸ ਗਿਆ ਸੀ। ਓਨਰ ਦੇ ਇਸ ਟਰੈਕਟਰ ਨੂੰ ਪੂਰੀ ਤਰੀਕੇ ਨਾਲ ਰਿਸਟੋਰ ਨਹੀਂ ਕਰਾਉਣਾ ਚਾਹੁੰਦੇ ਸੀ, ਪਰ ਉਹ ਚਾਹੁੰਦੇ ਸੀ ਕਿ ਇਹਦੀ ਜਿਹੜੀ ਆ ਜਿਹੜੀ ਇਹਦੀ ਅਪੀਅਰੈਂਸ ਇਹਦੀ ਦੇਖਿਆ ਉਹਨੂੰ ਅਸੀਂ ਇਨਹੈਂਸ ਕਰ ਸਕੀਏ। ਸੋ ਉਹ ਪਾਰਸ਼ਲ ਰੈਸਟੋਰੇਸ਼ਨ ਵੱਲ ਜਾਣਾ ਚਾਹੁੰਦੇ ਸੀ, ਅਤੇ ਇਸ ਚੀਜ਼ ਕਰਕੇ ਟਰੈਕਟਰ ਸਾਡੇ ਕੋਲ ਇੱਥੇ ਪਹੁੰਚਾ। ਸੋ ਆਪਾਂ ਹੁਣ ਡਿਟੇਲਸ ਤੋਂ ਸਟਾਰਟ ਕਰਦੇ ਕਿ ਅਸੀਂ ਇਸ ਟਰੈਕਟਰ 'ਚ ਕੀ ਕੀਤਾ। ਇਹਦਾ ਜਿਹੜਾ ਫਰੰਟ ਐਂਡ ਆ ਉਹ ਥੋੜ੍ਹਾ ਡੈਮੇਜ ਹੋ ਗਿਆ ਸੀ ਕਿਉਂਕਿ ਮੇ ਬੀ ਕਿਤੇ ਹਿੱਟ ਹੋ ਗਿਆ ਹੋਗਾ ਟਰੈਕਟਰ। ਸੋ ਅਸੀਂ ਇਹਦਾ ਫਰੰਟ ਦਾ ਜਿਹੜਾ ਆਹ ਫਰੰਟ ਕੋਨ ਆ ਇਹਨੂੰ ਰਿਪੇਅਰ ਕੀਤਾ, ਅਤੇ ਸਿਰਫ ਇੰਨੇ ਏਰੀਏ ਨੂੰ ਆਪਾਂ ਰੀਪੇਂਟ ਕੀਤਾ। ਇੱਧਰੋਂ ਜੇ ਆਪਾਂ ਫਰੰਟ ਗ੍ਰਿਲ ਦੀ ਗੱਲ ਕਰੀਏ ਅਤੇ ਫਰੰਟ ਗ੍ਰਿਲ ਇਹਦੀ ਪੁਰਾਣੀ ਹੋਈ ਹੈ ਜੀ, ਪਰ ਉਹਨੂੰ ਕਿਉਂਕਿ ਇਹਦੀ ਗ੍ਰਿਲ ਵੀ ਨਹੀਂ ਮਿਲਦੀ ਜੀ ਹੁਣ, 444 ਬੜਾ ਰੇਅਰ ਟਰੈਕਟਰ ਆ, ਬਹੁਤ ਘੱਟ ਦੇਖਣ ਨੂੰ ਮਿਲਦੇ ਇੰਟਰਨੈਸ਼ਨਲਸ। ਸੋ ਗ੍ਰਿਲ ਜਿਹੜੀ ਆ ਪੁਰਾਣੀ ਨੂੰ ਹੀ ਚੇਂਜ ਕੀਤਾ, ਮਤਲਬ ਰਿਸਟੋਰ ਕੀਤਾ ਗਿਆ, ਅਤੇ ਜਾਲੀ ਇਹਦੀ ਜਿਹੜੀ ਅੰਦਰ ਵਾਲੀ ਆ ਆਹ ਇਹ ਅਸੀਂ ਨਵੀਂ ਲਾਤੀ ਜੀ। ਪੁਰਾਣਾ ਹੀ ਮਾਰਕਾ ਜੀ ਇਨਸਿਗਨੀਆ ਦਾ, ਇੰਟਰਨੈਸ਼ਨਲ ਦਾ IH ਲਿਖਿਆ ਹੁੰਦਾ ਸੀ ਇਹ 'ਚ। ਸੋ ਉਹਨੂੰ ਅਸੀਂ ਪੇਂਟ ਕਰਕੇ ਉਹ 'ਚ ਕਲਮ ਨਾਲ ਰੰਗ ਭਰਤਾ, ਅਤੇ ਜਿਹੜੀਆਂ ਇਹਦੀਆਂ ਹੈੱਡਲਾਈਟਸ ਨੇ, ਹੈੱਡਲਾਈਟਸ ਵੀ ਇਹਦੀਆਂ ਨਾਲ ਦੀਆਂ ਨੇ, ਉਹ ਵੀ ਓਰੀਜਨਲੀ ਰਿਟੇਨ ਕੀਤੀਆਂ ਗਈਆਂ। ਅਤੇ ਦੂਜਾ ਜਿਹੜੇ ਅਸੀਂ ਫਰੰਟ 'ਚ ਚੇਂਜਸ ਕੀਤੀਆਂ, ਇਹਦਾ ਬੰਪਰ ਜਿਹੜਾ ਅਸੀਂ ਸਿਰਫ ਬੰਪਰ ਨੂੰ ਪੇਂਟ ਕੀਤਾ, ਅਤੇ ਬਾਕੀ ਐਜ਼ ਇਟ ਇਜ਼ ਜਿਹੜੀ ਇਹਦੀ ਫਰੰਟ 'ਚ ਜਿਹੜੀ ਲੁੱਕ ਹੈ ਉਹਨੂੰ ਆਪਾਂ ਕੋਈ ਚੇਂਜਸ ਨਹੀਂ ਕੀਤੀਆਂ ਇਹਦੇ 'ਚ। ਅਤੇ ਹੁਣ ਆਪਾਂ ਸਾਈਡ ਵਾਈਜ਼ ਆ ਜਾਈਏ, ਸਾਈਡ ਵਾਲੇ ਇਸ ਪਾਸੇ 'ਤੇ ਆ ਜਾਈਏ, ਤਾਂ ਆਹ ਜਿਹੜਾ ਪੈਨਲ ਆ ਇਹਦਾ ਰੰਗ ਵੀ ਇੱਦਾਂ ਦਾ ਰਸਟਡ ਹੋਇਆ ਹੋਇਆ ਸੀ, ਪਰ ਵਧੀਆ ਗੱਲ ਇਹ ਸੀ ਕਿ ਇਸ ਟਰੈਕਟਰ 'ਚ ਕੋਈ ਡੈਂਟਸ ਜਾਂ ਕੋਈ ਇੱਦਾਂ ਨਹੀਂ ਸੀ ਕਿ ਇਹ ਟੁੱਟਾ ਭੱਜਾ ਹੋਇਆ ਟਰੈਕਟਰ, ਬਹੁਤ ਚੰਗੀ ਹਾਲਤ 'ਚ ਸੀ ਆਪਣੇ ਆਪ 'ਚ। ਅਤੇ ਆਹ ਵਾਲਾ ਜਿਹੜਾ ਸਿਰਫ ਆ ਵਾਲੀ ਇਹ ਮੈਂ ਰੈਕਮੈਂਡ ਕੀਤਾ ਸੀ ਉਹਨਾਂ ਨੂੰ ਵੀ ਇਹਨੂੰ ਆਪਾਂ ਵਾਈਟ ਕਰ ਦਈਏ, ਕਿਉਂਕਿ ਪਹਿਲਾਂ ਵੀ ਵਾਈਟ ਹੀ ਆਉਂਦਾ ਵੈਸੇ ਤਾਂ, ਪਰ ਉਹ ਤਾਂ ਇਹਨੂੰ ਵੀ ਨਹੀਂ ਕਰਾਉਣਾ ਚਾਹੁੰਦੇ ਸੀ ਵੀ ਇਹਨੂੰ ਆਪਾਂ ਰਿਸਟੋਰ ਕਰਨਾ ਹੀ ਨਹੀਂ, ਇਹਨੂੰ ਇੱਦਾਂ ਰਹਿਣ ਦਈਏ, ਪਰ ਮੈਂ ਇਨਸਿਸਟ ਕੀਤਾ ਸੀ ਕਿ ਇਹ ਥੋੜ੍ਹਾ ਜ਼ਿਆਦਾ ਬਿਊਟੀਫਾਈ ਕਰ ਦੂਗਾ। ਸੋ ਇੱਧਰ ਜਿਹੜੀ ਆਹ ਚੀਜ਼ ਇਹਦੀ ਆਪਾਂ ਚਿੱਟੀ ਕੀਤੀ ਜੀ। ਇਸ ਟਰੈਕਟਰ ਨੂੰ CAV ਦਾ ਜਿਹੜਾ ਮੇਡ ਇਨ ਇੰਗਲੈਂਡ ਦਾ ਪੰਪ ਆਉਂਦਾ ਹੁੰਦਾ ਸੀ ਰੋਟਰੀ ਪੰਪ, ਸੋ ਅੱਜ ਵੀ ਇਹਨੂੰ ਉਹੀ ਪੰਪ ਲੱਗਿਆ ਹੋਇਆ ਔਰ ਇਹ ਬਹੁਤ ਪਰਫੈਕਟ ਕੰਡੀਸ਼ਨ 'ਚ ਆ, ਬਹੁਤ ਵਧੀਆ ਤਰੀਕੇ ਨਾਲ ਇਹ ਪੰਪ ਚੱਲ ਰਿਹਾ, ਇਹਦੇ 'ਚ ਕੋਈ ਇਸ਼ੂਜ਼ ਨਹੀਂ ਆ। ਟਰੈਕਟਰ ਦੀ ਸਟਾਰਟਿੰਗ ਬਹੁਤ ਵਧੀਆ ਆ, ਅਤੇ ਇਹ ਹੀਟਰ ਵਾਲੇ ਇੰਜਨਸ ਆਉਂਦੇ ਹੁੰਦੇ ਸੀ, ਅਤੇ ਬਾਅਦ 'ਚ ਬਹੁਤ ਸਾਰੇ ਲੋਕਾਂ ਨੇ ਇਹਨੂੰ DI ਕਰਤਾ ਸੀ ਸ਼ਿਫਟ, ਹੈੱਡ ਚੇਂਜ ਕਰਕੇ ਤਾਂ ਇਹਨੂੰ DH ਕਨਵਰਟ ਕਰਤਾ ਸੀ, ਪਰ ਇਹ ਆਪਣੀ ਓਰੀਜਨਲ ਸਪੈਕਸ ਸੀ ਜੀ ਟਰੈਕਟਰ। ਇਹ ਜਿਹੜਾ ਇਹਦਾ ਇੰਜਨ ਆ ਨਾ ਜੀ, ਇਹਦੇ 'ਚ ਅਸੀਂ ਸਿਰਫ ਬਲੌਕ ਨੂੰ ਪਾਰਸ਼ਲ ਟੱਚਅਪਸ ਕੀਤੇ ਆ, ਕਿਉਂਕਿ ਇਹਨੂੰ ਅਸੀਂ ਮੈਟ ਫਿਨਿਸ਼ ਹੀ ਲੈ ਕੇ ਗਏ, ਆਹ ਜਿੱਦਾਂ ਇਹਦਾ ਓਰੀਜਨਲ ਰੰਗ ਆ ਇੱਥੇ ਅਸੀਂ ਕੋਈ ਟੱਚਅਪਸ ਨਹੀਂ ਕੀਤੇ ਹੋਏ, ਅਤੇ ਉਹਨੂੰ ਸਿਰਫ ਇੱਦਾਂ ਦਾ ਅਸੀਂ ਕੀਤਾ ਕਿ ਜਿਹੜਾ ਕੋਈ ਬਹੁਤ ਬਰੀਕੀ ਨਾਲ ਨਹੀਂ ਕੀਤਾ ਸੀ, ਇੱਦਾਂ ਕੀਤਾ ਕਿ ਐਂ ਲੱਗੇ ਕਿ ਜਿੱਦਾਂ ਏਜਿੰਗ ਹੋਈ ਹੁੰਦੀ ਆ। ਸੋ ਫਿਲਹਾਲ ਥੋੜ੍ਹਾ ਬਹੁਤ ਡਿਫਰੈਂਸ ਤੁਹਾਨੂੰ ਲੱਗ ਰਿਹਾ ਹੋਊਗਾ, ਪਰ ਮੇ ਬੀ ਜਦੋਂ ਇਹ ਟਰੈਕਟਰ ਚੱਲੂਗਾ ਕੁਛ ਮਹੀਨੇ, ਮੇ ਬੀ 2-4 ਮਹੀਨੇ ਚੱਲੂਗਾ, ਤਾਂ ਉਸ ਤੋਂ ਬਾਅਦ ਇਹ ਰਲਦਾ ਮਿਲਦਾ ਜਿਹਾ ਹੋ ਜੂਗਾ। ਸੋ ਇਹਦੇ ਬਲੌਕ ਤੋਂ ਵੀ ਐਕਚੁਲੀ ਰੰਗ ਪੂਰਾ ਲੈ ਗਿਆ ਹੋਇਆ ਸੀ, ਅਤੇ ਉਹ ਬਲੌਕ ਥੋੜ੍ਹਾ ਜਿਹਾ ਪਾਰਸਲ ਰੈਸਟੋਰੇਸ਼ਨ 'ਚ ਆ ਗਿਆ ਜੀ, ਸੋ ਇਸ ਕਰਕੇ ਇਹਨੇ ਉਹ ਕੁਛ ਮਹੀਨਿਆਂ ਬਾਅਦ ਇਹ ਰਲਦਾ ਮਿਲਦਾ ਹੋ ਜਾਣਾ। ਸੋ ਇਹ ਜ਼ਿਆਦਾ ਡਿਟੇਲਡ ਲੱਗੂਗਾ ਜਿਹਨੂੰ ਇੱਦਾਂ ਰੱਖਣਾ। ਆਹ ਵਾਲਾ ਜਿਹੜਾ ਇੰਟਰਨੈਸ਼ਨਲ 444 ਦਾ ਮਾਰਕਾ ਹੈ ਜੀ, ਇਹ ਨਾਲ ਦਾ ਹੀ ਇਹਦਾ, ਇਹ ਬਹੁਤ ਘੱਟ ਟਰੈਕਟਰਾਂ 'ਚ ਬਚਦੇ, ਨਹੀਂ ਤਾਂ ਨੋਰਮਲੀ ਲੋਕ ਇਹਨਾਂ ਨੂੰ ਖਰਾਬ ਕਰ ਲੈਂਦੇ ਆ, ਪਰ ਇਹ ਸਾਂਭੇ ਹੋਏ ਟਰੈਕਟਰ ਦੀਆਂ ਨਿਸ਼ਾਨੀਆਂ ਨੇ, ਆਹ ਚੀਜ਼ਾਂ ਜਿਹੜੀਆਂ ਨਾਲ ਦੀਆਂ ਨੇ ਇਹਦੀਆਂ। ਨੈਕਸਟ ਜਿਹੜਾ ਹੈ ਜੀ, ਇਹਦੇ ਰਿਮਸ ਜਿਹੜੇ ਅਸੀਂ ਪੇਂਟ ਕੀਤੇ ਆ, ਅਤੇ ਇਹਦੇ ਜਿਹੜੇ ਆ ਚੱਕਿਆਂ ਦੇ ਨਟ ਬੋਲਟਸ ਨੇ, ਇਹ ਅਸੀਂ ਚੇਂਜ ਕਰਤੇ ਆ। ਰਿਮ ਵੀ ਇਹਦੇ ਪੁਰਾਣੇ ਸੀ, ਪਰ ਰਿਮ ਵੀ ਇੱਦਾਂ ਦੇ ਹੀ ਸੀਗੇ ਕਿ ਰਿਮਾਂ 'ਤੇ ਵੀ ਜੰਗ ਨਹੀਂ ਸੀਗਾ, ਪਰ ਪੇਂਟ ਵੀ ਹੈ ਨਹੀਂ ਸੀਗਾ, ਅਤੇ ਰਿਮ ਟੇਢੇ ਮੇਢੇ ਕੁਛ ਨਹੀਂ ਸੀਗੇ, ਬਿਲਕੁਲ ਸਿੱਧੇ ਚੱਲਦੇ ਰਿਮ, ਅਤੇ ਨਾਲ ਦੇ ਰਿਮ ਨੇ ਇਹਦੇ ਇੱਧਰਲੇ ਪਾਸੇ। ਅਤੇ ਇੱਦਾਂ ਹੀ ਆਪਾਂ ਜੇ ਹੁਣ ਇੰਸਟਰੂਮੈਂਟ ਪੈਨਲ 'ਤੇ ਆਈਏ, ਇਸ ਨਾ ਜੀ ਆਵਰ ਮੀਟਰ ਆਉਂਦਾ ਹੁੰਦਾ ਸੀ ਇਕੱਲਾ,
ਇਹਦੇ 'ਚ ਆਰ ਪੀ ਐੱਮ ਨਹੀਂ ਸ਼ੋਅ ਕਰਦਾ ਹੁੰਦਾ ਸੀ, ਜਿਹੜਾ ਸਿਰਫ ਆਵਰ ਸ਼ੋਅ ਕਰਦਾ ਹੁੰਦਾ ਸੀ। ਅਤੇ ਮੈਂ ਕੋਸ਼ਿਸ਼ ਕਰਦਾ ਅਗਰ ਤੁਹਾਨੂੰ ਕੈਮਰੇ 'ਚ ਅਸੀਂ ਦਿਖਾ ਪਾਈਏ, ਆਵਰ ਮੀਟਰ ਦੇ ਵਿੱਚ ਸਿਰਫ ਘੰਟੇ ਮੈਨਸ਼ਨ ਹੁੰਦੇ ਸੀ ਵੀ ਕਿੰਨੇ ਘੰਟੇ ਟਰੈਕਟਰ ਚੱਲਿਆ ਹੋਇਆ। ਆਹ ਦੇਖੋ ਆਈ ਐੱਚ ਦਾ ਓਰੀਜਨਲ ਮੀਟਰ ਹੈ ਜੀ, ਇੰਟਰਨੈਸ਼ਨਲ ਦਾ, ਅਤੇ ਇਹਦੇ 'ਚ ਆਵਰਸ ਹੁੰਦੇ ਸੀ ਵੀ ਕਿੰਨੇ ਘੰਟੇ ਟਰੈਕਟਰ ਚੱਲ ਗਏ। ਇਹਦੇ 'ਚ ਟੈਕੋ ਡਰਾਈਵ ਨਹੀਂ ਸੀ ਹੁੰਦੇ, ਟੈਕੋ ਮੀਟਰ ਨਹੀਂ ਸੀ ਹੁੰਦਾ, ਜਿਹਨਾਂ ਸਾਨੂੰ ਇੰਜਨ ਦੇ ਆਰ ਪੀ ਐੱਮ ਨਹੀਂ ਪਤਾ ਲੱਗਦੇ ਸੀ, ਪਰ ਟੋਟਲ ਜਿੰਨੇ ਘੰਟੇ ਚੱਲਦਾ ਹੁੰਦਾ ਸੀ ਸਰਵਿਸਿੰਗ ਲਈ, ਇਹ ਚੀਜ਼ ਆਈ ਸੀ ਇਹਨਾਂ ਟਰੈਕਟਰਾਂ ਦੇ ਵਿੱਚ। ਅਤੇ ਬਾਕੀ ਵੀ ਮੀਟਰ ਇਹਦੇ ਜਿੱਦਾਂ ਓਇਲ ਪ੍ਰੈਸ਼ਰ ਵਾਲਾ ਵੀ ਅਤੇ ਵਾਟਰ ਟੈਂਪਰੇਚਰ ਵਾਲਾ ਵੀ, ਇਹ ਸਾਰੇ ਜਿਹੜੇ ਆ ਇਹ ਯੰਕੇ ਦੇ ਨੇ, ਪੁਰਾਣੇ, ਕਾਫੀ ਪੁਰਾਣੇ ਨੇ ਜੀ ਮੀਟਰਸ, ਪਰ ਕਿਉਂਕਿ ਇੰਨੇ ਸਾਲਾਂ 'ਚ ਟਰੈਕਟਰ ਯੂਜ਼ ਹੁੰਦੇ ਸੀ, ਸੋ ਰੂਟੀਨ ਦੇ ਵਿੱਚ ਇਹ ਬਦਲਦਾ ਜ਼ਰੂਰ ਕਦੇ ਨਾ ਕਦੇ ਕਿਸੇ ਸਟੇਜ 'ਤੇ ਹੋਏ ਹੋਣਗੇ। ਪਰ ਫਿਲਹਾਲ ਇਹ ਵੀ ਆਪਣੇ ਆਪ 'ਚ, ਯੰਕੇ ਦੇ ਮੀਟਰ ਵੀ ਮੇਰੇ ਖਿਆਲ 15-20 ਸਾਲ ਤੋਂ ਬੰਦ ਹੋ ਚੁੱਕੇ, ਨਾਮ ਚੇਂਜ ਹੋ ਗਿਆ ਸੀ ਕੰਪਨੀ ਦਾ, ਵੀਡੀਓ ਬਣ ਗਿਆ ਸੀ। ਅਤੇ ਜਿਹੜਾ ਸਟੇਅਰਿੰਗ ਵੀਲ ਹੈ ਜੀ, ਇਹਦੇ 'ਚ ਰਿਪਲੇਸ ਹੋਇਆ, ਹੁਣੇ ਨਵਾਂ ਲੱਗਿਆ ਜੀ। ਇਹ ਵੀ ਇਹ ਕੁਆਟਰ ਵਾਲਾ ਸਟੇਅਰਿੰਗ ਹੁੰਦਾ ਜੀ, ਇਹ 'ਚ ਕਟਰ ਲੱਗੀ ਹੁੰਦੀ ਆ, ਅਤੇ ਇਹ ਆਪਾਂ ਹੁਣ ਇਹਨੂੰ ਸਿੱਧੇ ਵਾਲਾ ਪਾਇਆ, ਪਹਿਲਾਂ ਇਹਨੂੰ ਨਵੇਂ ਮਾਡਲ ਦਾ ਜਿਹੜੇ ਮਹਿੰਦਰਾ ਵਾਲਾ ਲੱਗਿਆ ਹੋਇਆ ਸੀ। ਅਤੇ ਹੋਰ ਇੰਪੋਰਟੈਂਟ ਚੀਜ਼ ਹੈ ਜਿਹੜੀ ਇਸ ਟਰੈਕਟਰ 'ਚ ਨਾ ਜੀ, ਆਹ ਸੀਟ ਹੈ ਇਹਦੀ, ਇਹ ਸੀਟ ਵੀ ਇਹਦੀ ਓਰੀਜਨਲ ਹੈ ਜੀ, ਪੈਨ ਇਹ, ਅਤੇ ਇਹਨੂੰ ਸਿਰਫ ਆਪਾਂ ਕੱਪੜਾ ਚੜਵਾਇਆ ਹੁਣ ਇਹਦੇ 'ਤੇ, ਅਤੇ ਬਾਕੀ ਇਹਦੇ 'ਤੇ ਹੋਰ ਚੇਂਜਸ ਕੋਈ ਨਹੀਂ ਕੀਤੀਆਂ ਗਈਆਂ ਸੀਟ ਦੀਆਂ। ਇਹਨੂੰ ਸੀਟ ਨੂੰ, ਫਰੇਮ ਨੂੰ ਪੇਂਟ ਕਰਕੇ ਰੇਅਰ ਐਂਡ ਤੋਂ ਵੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੁਹਾਨੂੰ, ਰੇਅਰ ਐਂਡ ਤੋਂ ਸੀਟ ਨੂੰ ਪੇਂਟ ਕਰਕੇ, ਅਤੇ ਇਹਦੇ 'ਚ ਆਪਾਂ ਆਹ ਸੀਟ ਜਿਹੜੀ ਓਰੀਜਨਲ ਬੇਸਿਕਲੀ ਲੱਗ ਕੇ ਨਹੀਂ ਸੀ ਆਈ ਟਰੈਕਟਰ ਦੇ ਨਾਲ, ਇਹ ਜਦੋਂ ਆਇਆ ਸੀ ਸਾਡੇ ਕੋਲ ਉਦੋਂ ਇਹਨੂੰ ਨਵੇਂ ਮਾਡਲ ਦੀ ਸੀਟ ਲੱਗੀ ਹੋਈ ਸੀ, ਪਰ ਉਹਨਾਂ ਨੇ ਸਾਂਭ ਕੇ ਰੱਖੀ ਹੋਈ ਸੀ ਅਤੇ ਚਾਹੁੰਦੇ ਸੀ ਕਿ ਆਪਾਂ ਇਹਨੂੰ ਹੀ ਦੁਬਾਰਾ ਲਾਈਏ। ਸੋ ਇਹ ਸੀਟ ਵੀ ਆਪਣੇ ਆਪ 'ਚ ਰਾਧਰ ਬਹੁਤ ਕੰਫਰਟੇਬਲ ਵੀ ਹੈ ਸੀਟ, ਇਹ ਬੈਠਣ ਨੂੰ ਖੁੱਲ੍ਹੀ ਡੁੱਲੀ ਸੀਟ ਆ, ਬੈਠਣ ਨੂੰ ਜਿਹੜਾ ਓਪਰੇਟਰ ਹੈ ਉਹ ਚੰਗਾ ਮਹਿਸੂਸ ਕਰਦਾ ਅਤੇ ਤੰਗ ਨਹੀਂ ਮਹਿਸੂਸ ਕਰਦਾ। ਅਤੇ ਪਿਛਲੇ ਪਾਸਿਓਂ ਜਿਹੜੀ ਹੁੱਕ ਹੈ ਜੀ, ਹੁੱਕ ਨੂੰ ਅਸੀਂ ਪੇਂਟ ਕਰਤਾ, ਐਡਜਸਟੇਬਲ ਹੁੱਕ ਹੈ, ਉੱਚੀ ਨੀਵੀਂ ਹੁੰਦੀ ਆ, ਅਤੇ ਇੱਧਰ ਇਹਦਾ ਪੀ ਟੀ ਓ 'ਤੇ ਜਿਹੜੀ ਪੀ ਟੀ ਓ ਪੁਲੀ ਹੁੰਦੀ ਹੈ, ਅਤੇ ਕੱਪ ਵੀ ਆਉਂਦਾ ਜੀ ਇੱਕ, ਸੋ ਉਹ ਵੀ ਨਾਲ ਹੀ ਸੀਗਾ ਜੀ, ਇਹਨੂੰ ਵੀ ਅਸੀਂ ਪੇਂਟ ਕਰਤਾ। ਅਤੇ ਬਾਕੀ ਇੱਧਰਲੇ ਪਾਸੇ ਹਾਲੇ ਕਾਫੀ ਰੰਗ ਬਚਿਆ ਹੋਇਆ ਜੀ, ਬੀਇੰਗ ਸੱਚ ਐਨ ਓਲਡ ਟਰੈਕਟਰ, ਅਤੇ ਪੀਲਾ ਰੰਗ ਇਹਦੇ 'ਤੇ ਕਾਫੀ ਬਚਦਾ ਹੈ ਜੀ। ਇੱਧਰ ਆ ਜਿਹੜੀ ਲਾਈਟਾਂ ਨੇ, ਇਹ ਵੀ ਨਾਲ ਦੀਆਂ ਸੀਗੀਆਂ, ਪਰ ਸਿਰਫ ਸ਼ੀਸ਼ੇ ਇਹਦੇ ਰਿਪਲੇਸ ਹੋਏ ਆ, ਇਹ ਮਿਲ ਜਾਂਦੇ ਨੇ, ਇਹ ਕੋਈ ਬਹੁਤ ਡਿਫਿਕਲਟ ਨਹੀਂ ਹੈ ਸ਼ੀਸ਼ੇ ਲੱਭਣੇ। ਸੋ ਆਹ ਚੀਜ਼ਾਂ ਇੱਧਰਲੀ ਸਾਈਡ ਤੋਂ ਹੋਈਆਂ ਜੀ। ਮਗਰਲੇ ਪਾਸੇ ਆਪਾਂ ਆਈਏ ਤਾਂ ਇਹ ਜਿਹੜਾ ਪਿਛਲੇ ਰਿਮਸ ਵੀ ਰੀਪੇਂਟ ਹੋਏ ਨੇ, ਅਤੇ ਐਕਸਲ ਵਾਲੇ ਬੋਲਟ ਵੀ ਨਵੇਂ ਪਏ, ਅਤੇ ਜਿਹੜੇ ਮੱਖੀ ਬੋਲਟ ਕਹਿੰਦੇ ਇਹਨਾਂ ਨੂੰ, ਇਹ ਵੀ ਆਪਾਂ ਇਹ 'ਚ ਰਿਪਲੇਸ ਕੀਤੇ ਆ ਜੀ। ਇੱਕ ਸੰਭਲੇ ਹੋਏ ਟਰੈਕਟਰ ਦੀ ਨਿਸ਼ਾਨੀਆਂ ਹੁੰਦੀਆਂ ਜੀ, ਉਹਦੀਆਂ ਖਾਸ ਕਰਕੇ ਉਹਦੀਆਂ ਲੋਅਰ ਲਿੰਕਾਂ ਅਤੇ ਜੈਕ। ਇਸ ਟਰੈਕਟਰ ਦੀਆਂ ਹਜੇ ਤੱਕ ਵਧੀਆ ਗੱਲ ਇਹ ਕਿ ਲਿੰਕਾਂ ਵੀ ਨਾਲ ਦੀਆਂ ਨੇ, ਕੋਈ ਟੁੱਟੀਆਂ ਭੱਜੀਆਂ ਨਹੀਂ, ਕੋਈ ਵੈਲਡਿੰਗਸ ਨਹੀਂ ਹੋਈਆਂ ਹੋਈਆਂ। ਈਵਨ ਇਹਦੇ ਜਿਹੜੇ ਆ ਜੈਕ ਨੇ ਜੀ, ਲੈਵਲਿੰਗ ਅਸੈਂਬਲੀ, ਇਹ ਵੀ ਨਾਲ ਦੀਆਂ ਨੇ। ਸੋ ਇਹ ਆਪਣੇ ਆਪ 'ਚ ਬਹੁਤ ਜ਼ਿਆਦਾ, ਬੇਹੱਦ ਜ਼ਿਆਦਾ ਸਾਂਭਿਆ ਹੋਇਆ ਟਰੈਕਟਰ। ਇੰਟਰਨੈਸ਼ਨਲਸ ਬਹੁਤ ਘੱਟ ਨੇ ਜੀ ਜਿਹੜੇ ਤੁਹਾਨੂੰ ਇਸ ਕੰਡੀਸ਼ਨ 'ਚ ਮਿਲਣਗੇ, ਅਤੇ ਓਨਰਸ ਪੈਸ਼ਨੇਟ ਨੇ ਜੀ ਇਸ ਚੀਜ਼ ਨੂੰ ਲੈ ਕੇ, ਅਤੇ ਇਸ ਕਰਕੇ ਸ਼ਾਇਦ ਉਹ ਇਹਨੂੰ ਬਚਾ ਸਕੇ ਜੀ ਹਜੇ ਤੱਕ। ਅਤੇ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਇੰਟਰਨੈਸ਼ਨਲ ਟਰੈਕਟਰਸ, ਅਗਰ ਕਈ ਵਾਰੀ ਕੋਈ ਸਕ੍ਰੈਪ ਵੀ ਹੁੰਦੇ ਹੁੰਦੇ ਤਾਂ ਉੱਥੋਂ ਵੀ ਕੋਸ਼ਿਸ਼ ਕਰਦੇ ਹੁੰਦੇ ਕਿ ਕੋਈ ਬੰਦਾ ਉਹਨੂੰ ਸਕ੍ਰੈਪ ਰੇਟ 'ਤੇ ਲੈ ਕੇ ਉਹਨੂੰ ਰਿਸਟੋਰ ਕਰਕੇ ਜਾਂ ਉਹਨੂੰ ਪ੍ਰਿਜ਼ਰਵ ਕਰ ਲਏ ਟਰੈਕਟਰ ਨੂੰ। ਅਤੇ ਇੱਧਰਲੇ ਪਾਸੇ ਇਹਨੂੰ ਜਾਂ ਇੰਡੀਆ 'ਚ ਮਾਰਕੀਟਿੰਗ ਕਰਦਾ ਹੁੰਦਾ ਸੀ ਜੀ ਇੰਟਰਨੈਸ਼ਨਲ ਟਰੈਕਟਰ ਕੰਪਨੀ ਆਫ ਇੰਡੀਆ ਲਿਮਿਟਡ ਬੋਂਬੇ, ਠੀਕ ਹੈ ਜੀ। ਇਹ ਬਾਅਦ 'ਚ ਮਹਿੰਦਰਾ, ਇਹਦਾ ਨਾਮ ਚੇਂਜ ਹੋ ਕੇ ਮਹਿੰਦਰਾ ਐਂਡ ਮਹਿੰਦਰਾ ਬਣ ਗਿਆ ਸੀ ਆਪਣਾ। ਸੋ ਇਹ ਪਹਿਲਾਂ ਨਾਮ ਹੁੰਦਾ ਸੀ ਜੀ ਮਹਿੰਦਰਾ ਐਂਡ ਮਹਿੰਦਰਾ ਦੀ ਟਰੈਕਟਰ ਡਿਵੀਜ਼ਨ ਦਾ, ਬਾਕੀ ਇੱਥੇ ਤਾਂ ਲੱਗਿਆ ਹੋਇਆ ਜੀ ਮੈਨੂਫੈਕਚਰਡ ਬਾਏ ਮਹਿੰਦਰਾ ਐਂਡ ਮਹਿੰਦਰਾ, ਮਾਡਲ ਨੰਬਰ, ਇਹ ਸਾਰੀਆਂ ਵਿਨ ਪਲੇਟਸ ਵਗੈਰਾ ਲੱਗੀਆਂ ਹੋਈਆਂ ਨੇ। ਪਰ ਇੰਟਰਨੈਸ਼ਨਲ ਦੀ ਮਾਰਕੀਟਿੰਗ ਪਹਿਲਾਂ ਇਸ ਕੰਪਨੀ ਤੋਂ, ਬੋਂਬੇ ਦੀ ਕੰਪਨੀ ਤੋਂ ਹੋਣੀ ਸ਼ੁਰੂ ਹੋਈ ਸੀ। ਅਤੇ ਆਪਾਂ ਇੱਧਰਲੇ ਪਾਸੇ ਆਈਏ ਤਾਂ ਸਲੈਂਸਰ ਹਜੇ ਤੱਕ ਨਾਲ ਦਾ ਜੀ, ਸਲੈਂਸਰ ਇੱਦਾਂ ਦਾ ਆਉਂਦਾ ਹੁੰਦਾ ਸੀ, ਉੱਤੋਂ ਇਹਦਾ ਕੋਲਰ ਬਣੀ ਹੁੰਦੀ ਸੀ ਇਸ ਸਲੈਂਸਰ 'ਤੇ। ਅਤੇ ਆਹ ਜ਼ਰੂਰ ਅਸੀਂ ਇਹਦਾ ਇੱਕ ਪ੍ਰੀ ਕਲੀਨਰ ਦਾ ਸ਼ੀਸ਼ਾ ਜਿਹੜਾ ਚੇਂਜ ਕੀਤਾ, ਬੋਡੀ ਪ੍ਰੀ ਕਲੀਨਰ ਦੀ ਵੀ ਨਾਲ ਦੀ ਹੋਈ ਆ, ਢਿੱਲੀ ਵੀ ਹੋ ਗਈ ਆ, ਪਰ ਸ਼ੀਸ਼ਾ ਜਿਹੜਾ ਇਹਦਾ ਡਸਟ ਕਲੈਕਟਿੰਗ ਜਿਹੜਾ ਗਲਾਸ ਹੁੰਦਾ ਇਹ ਆਪਾਂ ਚੇਂਜ ਕਰਤਾ। ਅਤੇ ਆਹ ਸਾਈਡ 'ਤੇ ਇੱਧਰ ਲੱਗਿਆ ਹੋਇਆ ਜੀ ਏ ਸੀ ਫੀਡ ਪੰਪ, ਸੋ ਇਹ ਵੀ ਇਹਦਾ ਨਾਲ ਦਾ ਹੀ ਆ ਜੀ ਟਰੈਕਟਰ ਦਾ। ਇਹ ਵੀ ਜਿਹੜੇ ਰੋਟਰੀ ਪੰਪ ਵਾਲੇ ਆਉਂਦੇ ਹੁੰਦੇ ਸੀ ਉਹਨਾਂ 'ਚ ਏ ਸੀ ਫੀਡ ਪੰਪ ਇੱਦਾਂ ਆਉਂਦੇ ਹੁੰਦੇ ਸੀ। ਸੋ ਇਹ ਬੇਸਿਕਲੀ ਟੈਂਕੀ ਤੋਂ ਤੇਲ ਉਹਨੂੰ ਆਉਂਦਾ ਜੀ, ਇਹ ਫਿਰ ਅੰਦਰੋਂ ਚੱਲਦਾ ਜੀ ਕੈਮਸ਼ਾਫਟ ਦੇ ਨਾਲ,
ਅਤੇ ਇਹ ਜਿਹੜਾ ਫਿਊਲ ਜਿਹੜਾ ਉੱਧਰ ਸਪਲਾਈ ਕਰਦਾ ਜੀ। ਅਤੇ ਜਿਹੜੀ ਆਇਲ ਫਿਲਟਰ ਅਸੈਂਬਲੀ ਹੈ ਜੀ ਇੱਧਰਲੇ ਪਾਸੇ, ਇਹਦਾ ਵੀ ਇੱਦਾਂ ਹੈ ਕਿ ਇਹਨਾਂ ਕੋਲ ਓਨਰਸ ਕੋਲ ਪੁਰਾਣੀ ਵੀ ਪਈ ਆ, ਜਿਹੜੀ ਉਹ ਕਾਟਰੇਜ ਟਾਈਪ ਹੁੰਦੀ ਸੀ ਜਿਹਨੂੰ ਕੱਢ ਕੇ ਵਿੱਚ ਕਾਟਰੇਜ ਪਾਉਂਦੇ ਹੁੰਦੇ ਦੁਬਾਰਾ ਲਾਉਂਦੇ ਸੀ, ਪਰ ਕਿਉਂਕਿ ਇਹ ਜ਼ਿਆਦਾ ਕਨਵੀਨੀਅੰਟ ਹੈ ਅਤੇ ਇਹਨਾਂ ਨਾਲ ਫਿਲਟਰੇਸ਼ਨ ਜਿਹੜੀ ਆਇਲ ਦੀ ਬੜੀ ਜ਼ਿਆਦਾ ਐਫੀਸ਼ੀਐਂਟਲੀ ਹੁੰਦੀ ਆ, ਸੋ ਇਹ ਜਿਹੜੀ ਚੀਜ਼ ਉਹਨਾਂ ਨੇ ਇੱਕ ਅਪਗ੍ਰੇਡ ਕਰਤੀ ਸੀ। ਐਂਡ ਮੇਰੇ ਹਿਸਾਬ ਨਾਲ ਇਹ ਵਾਲਾ ਅਪਗ੍ਰੇਡ ਜਿਹੜਾ ਹੈ ਚੰਗਾ ਅਪਗ੍ਰੇਡ ਵੀ ਆ, ਕਿਉਂਕਿ ਉਹ ਕਾਟਰੇਜ ਵਾਲੇ ਫਿਲਟਰਾਂ ਦੀ ਕੁਆਲਿਟੀ ਚੰਗੀ ਨਹੀਂ ਮਿਲਦੀ ਅੱਜ ਕੱਲ੍ਹ, ਫਿਰ ਉਹ ਕੇਰੀ ਫਿਲਟਰ ਆਪਣੇ ਆਪ 'ਚ ਉਹਨਾਂ ਦਾ ਪੇਪਰ ਭੁਰ ਜਾਂਦਾ ਅਤੇ ਅੰਦਰ ਚਲਾ ਜਾਂਦਾ ਇੰਜਨ, ਸੋ ਇਹ ਵਾਲੇ ਫਿਲਟਰ ਜਿਹੜੇ ਬਹੁਤ ਐਫੀਸ਼ੀਐਂਟਲੀ ਕੰਮ ਕਰਦੇ ਆ। ਅਤੇ ਜਿਹੜਾ ਟਰੈਕਟਰ ਹੈ ਜੀ ਇਹ ਆਈਡੀਆਈ ਹੈ ਜੀ ਹੀਟਰ ਵਾਲਾ ਇੰਜਨ, ਅਤੇ ਮੈਂ ਹੁਣ ਤੁਹਾਨੂੰ ਇੱਕ ਵਾਰੀ ਚਾਹੂੰਗਾ ਕਿ ਸਟਾਰਟ ਕਰਕੇ ਵੀ ਤੁਹਾਨੂੰ ਦਿਖਾਈਏ, ਔਰ ਹੋਰ ਦੱਸਦਾ ਜੀ ਇਹ 45 horsepower ਦਾ ਜੀ 44, ਅਤੇ ਐਕਸਟ੍ਰੀਮਲੀ ਪਾਵਰਫੁਲ ਟਰੈਕਟਰ ਆ ਜੀ। ਇਹਦੇ 'ਚ ਅਸੀਂ ਕੰਪੇਅਰ ਕਰਦੇ ਹਾਂ ਜਦੋਂ ਬਾਕੀ ਟਰੈਕਟਰ ਨਾਲ, ਅਤੇ ਇਹਦਾ ਪਾਵਰ ਜਿਹੜੀ ਹੈ ਨਾ ਜੀ ਆਪਣੇ ਆਪ ਤੋਂ ਜ਼ਿਆਦਾ ਟਰਾਂਸਲੇਟ ਕਰਦਾ ਇਹ ਟਾਇਰਾਂ ਤੱਕ, ਅਤੇ ਇਹਦੇ 'ਚ ਲੋਸਿਸ ਘੱਟ ਨੇ। ਅਤੇ ਤੁਹਾਨੂੰ ਇੱਕ ਵਾਰੀ ਸਟਾਰਟ ਕਰਕੇ ਮੈਂ ਆਵਾਜ਼ ਸੁਣਾਉਣਾ ਇਹਦੀ। ਪਹਿਲਾਂ ਇਹਦਾ ਹੀਟਰ ਲਾਉਣਾ ਪੈਂਦਾ ਜੀ ਕੁਛ 2-3 ਸੈਕਿੰਡ, ਸੋ ਹੀਟਰ ਵੀ ਇਹਨੂੰ ਭੱਠੀ ਵਾਲਾ ਲੱਗਿਆ ਹੋਇਆ, ਜੇ ਤਾਂ ਇੱਥੇ ਭੱਠੀ ਲੱਗੀ ਹੁੰਦੀ ਅਤੇ ਭੱਠੀ ਦੇ ਉੱਤੇ ਆਪਾਂ ਸੈਂਸ ਕਰ ਲਈਦਾ ਹੱਥ ਰੱਖ ਕੇ ਵੀ ਕਿੰਨਾ ਕੁ ਗਰਮ ਹੋ ਗਿਆ। ਅਤੇ ਕਾਫੀ ਦਿਨ ਤੋਂ ਟਰੈਕਟਰ ਬੰਦ ਸੀਗਾ, ਸੋ ਥੋੜ੍ਹੀ ਜਿਹੀ ਬੈਟਰੀ ਵੀ ਲੋਅ ਹੋਈ ਹੈ ਜਿਹਦੇ ਕਰਕੇ ਸਟਾਰਟਿੰਗ ਥੋੜ੍ਹੀ ਇਹਦੀ ਸਲੋ ਹੋਈ ਆ, ਅਤੇ ਬਾਕੀ ਆਈਡੀਆ ਇੰਜਨ ਹੋਣ ਕਰਕੇ ਕੁਛ ਦੇਰ ਤੱਕ ਜਦ ਤੱਕ ਇਹ ਗਰਮ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਧੂੰਆਂ ਜਿਹੜਾ ਥੋੜ੍ਹਾ ਕੱਚਾ ਧੂੰਆਂ ਦਿਖਾਉਂਦੇ ਰਹਿੰਦੇ ਹੁੰਦੇ ਡੀਜ਼ਲ ਦਾ। ਵੈਸੇ ਵੀ ਚੱਲਿਆ ਹੋਇਆ ਟਰੈਕਟਰ ਜੀ, ਥੋੜ੍ਹਾ ਇੰਜਨ ਲੋਅ ਹੋਊਗਾ ਇਹਦਾ ਆਫਕੋਰਸ। ਅਤੇ ਅੱਜ ਦੀ ਵੀਡੀਓ ਦਾ ਆਪਣਾ ਪਰਪਸ ਇਹ ਸੀ ਕਿ ਜੇ ਕਿਸੇ ਕੋਲ ਪੁਰਾਣਾ ਟਰੈਕਟਰ ਹੈਗਾ ਅਤੇ ਉਹਨੂੰ ਤੁਸੀਂ ਪ੍ਰਿਜ਼ਰਵ ਕਰਨਾ ਚਾਹੁੰਦੇ ਹਾਂ ਅਤੇ ਉਹਦੀ ਲੁੱਕਸ ਨੂੰ ਵੀ ਇਨਹੈਂਸ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਉਹ ਜਿਹੀਆਂ ਚੀਜ਼ਾਂ ਤੁਹਾਡੀ ਮਦਦ ਕਰ ਸਕਦੇ ਹਾਂ। ਵੈਸੇ ਬਹੁਤ ਸਾਰੇ ਟਰੈਕਟਰਸ ਇਹੋ ਜਿਹੇ ਹੁੰਦੇ ਜਿਹੜੇ ਮੈਂ ਓਨਰਸ ਨੂੰ ਆਪ ਵੀ ਰਿਕਮੈਂਡ ਕਰਦਾ ਹੁੰਦਾ ਕਿ ਜਿਹੜੇ ਤੁਹਾਡੇ ਟਰੈਕਟਰ ਪ੍ਰਿਜ਼ਰਵ ਕਰਨ ਵਾਲੇ ਇਹਨਾਂ ਨੂੰ ਪੂਰੀ ਰੈਸਟੋਰੇਸ਼ਨ 'ਚ ਆਪਾਂ ਨਾ ਲੈ ਕੇ ਜਾਈਏ, ਸੋ ਇਹ ਵੀ ਉਹਨਾਂ 'ਚੋਂ ਇੱਕ ਟਰੈਕਟਰ ਸੀਗਾ ਜੀ। ਐਂਡ ਪਰ ਇਹਦੇ 'ਚ ਇੱਦਾਂ ਕਿ ਸਾਡੀ ਰੈਕਮੈਂਡੇਸ਼ਨ ਨਹੀਂ ਸੀਗੀ, ਬੇਸਿਕਲੀ ਉਹਨਾਂ ਦਾ ਆਪਣਾ ਹੀ ਆਈਡੀਆ ਸੀ ਕਿ ਅਸੀਂ ਇਸ ਟਰੈਕਟਰ ਨੂੰ ਜਿਹੜਾ ਪ੍ਰਿਜ਼ਰਵ ਕਰਨਾ ਚਾਹੁੰਦੇ ਹਾਂ, ਜਿਸ ਵੀ ਹਾਲਤ 'ਚ ਹੈਗਾ ਕਿ ਇਹਨੂੰ ਅਸੀਂ ਕੋਈ ਅੱਗੇ ਫਰਦਰ ਰੀਪੇਂਟਸ ਨਹੀਂ ਕਰਨਾ ਚਾਹੁੰਦੇ। ਐਂਡ ਹੋਪਫੁਲੀ ਸ਼ਾਇਦ ਹੁਣ ਇਹਨੂੰ ਉਹ ਮੇਰੇ ਖਿਆਲ ਇਹਨੂੰ ਕੰਮ ਵੀ ਨਹੀਂ ਇਹ ਤੋਂ ਲੈਣਗੇ ਬਹੁਤਾ ਜ਼ਿਆਦਾ। ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਜਿਹੜੀ ਆ ਇਸ ਟਰੈਕਟਰ ਦੇ ਬਾਰੇ ਇਨਫੋਰਮੇਸ਼ਨ ਅਤੇ ਇਹ ਵਾਲੀ ਵੀਡੀਓ ਜਿਹੜੀ ਆ ਇਨਫੋਰਮੇਟਿਵ ਲੱਗੀ ਹੋਊਗੀ, ਚੰਗੀ ਲੱਗੀ ਹੋਊਗੀ। ਅਤੇ ਅਗਰ ਤੁਸੀਂ ਇੱਦਾਂ ਦਾ ਕੰਟੈਂਟ ਹੋਰ ਦੇਖਣਾ ਚਾਹੁੰਦੇ ਹਾਂ ਤਾਂ ਤੁਸੀਂ ਸਾਨੂੰ ਫੋਲੋ ਕਰ ਸਕਦੇ ਹਾਂ, ਅਸੀਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਅਵੇਲੇਬਲ ਹਾਂ, ਸੋਸ਼ਲ ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ 'ਤੇ। ਅਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮੱਚ।